वाहिगुरु जी का खालसा वाहिगुरु जी की फतेह जी। संगत जी अज शैड पाया जा रहा सी जी, पर मीह बहुत ज़्यादा शैड का काम बचाले रोकना पै गया जी, तो क्योंकि उपर वीर होनी तिलक रहे सीगे। तो बाकी बारिश के पहला तुम सोचो संगत जी, जो अपने को शैड नहीं सीगा तो आप किदा प्रशादा छकाते होवे। हूँ भी जी थोड़े थोड़े करके आप इन्हों प्रशादा छकाने की कोशिश करांगे जी। प्रशादा आया पिया, वीर होनी पा रहे हैं, सारिया रब्बी रूहां ਤੁਹਾਡੇ ਸਾਹਮਣੇ ਨੇ ਜਿਹੜੇ ਵੀਰ ਤਿਆਰ ਨੇ ਆਪਣਾ ਆਪਣਾ ਪ੍ਰਸ਼ਾਦਾ ਛਕਣ ਲਈ ਜੀ। ਤੁਸੀਂ ਸਾਰੇ ਭੈਣ ਭਰਾਵਾਂ ਨੇ ਇਹਨਾਂ ਵੀਰਾਂ ਲਈ ਜ਼ਰੂਰ ਅਰਦਾਸ ਕਰਨੀ ਆ ਤਾਂ ਜੋ ਇਹ ਠੀਕ ਹੋ ਕੇ ਆਪਣੇ ਆਪਣੇ ਘਰਾਂ ਘਰੀ ਵਾਪਸ ਜਾਣ ਜੀ, ਔਰ ਆਪਣੇ ਪਰਿਵਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਦਾ ਆਨੰਦ ਲੈਣ। ਔਰ ਤੁਸੀਂ ਦੇਖੋ ਇੱਧਰ ਬਾਰਿਸ਼ ਆ ਜੀ, ਸਿਰਫ ਇਹ ਕੰਧ ਦੀ ਓਲ ਦੇ ਵਿੱਚ ਪ੍ਰਸ਼ਾਦਾ ਛਕਾਉਣਾ ਪੈ ਰਿਹਾ ਸੀ। ਬਾਕੀ ਗੁਰੂ ਸਾਹਿਬ ਕਿਰਪਾ ਕਰਦੇ ਨੇ, ਜਦੋਂ ਇੱਦਾਂ ਦੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਮਹਾਰਾਜ ਨੂੰ ਹੋਰ ਯਾਦ ਕਰਦੇ ਆ ਦਿਲੋਂ ਵੀ ਪਰਮਾਤਮਾ ਤੁਸੀਂ ਤਾਂ ਬਹੁਤ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਆਪਣੇ ਸਰੀਰ ਦੇ ਉੱਪਰ ਤਸ਼ੱਦਦ ਝੱਲਿਆ, ਜੰਗਲਾਂ ਦੇ ਵਿੱਚ ਵੀ ਗਏ, ਬੱਚੇ ਸ਼ਹੀਦ ਹੋ ਗਏ, ਤਾਂ ਅਸੀਂ ਉਸੇ ਗੁਰੂ ਦੇ ਪੁੱਤ ਹਾਂ ਸੰਗਤ ਜੀ। ਅਤੇ ਜਦੋਂ ਉਹਨਾਂ ਨੇ ਇੰਨੀਆਂ ਮੁਸੀਬਤਾਂ ਝੱਲੀਆਂ ਤਾਂ ਸਾਨੂੰ ਵੀ ਉਹ ਜੀਵਨ ਦੀ ਜਿਹੜੀ ਜਾਂਚ ਸਿਖਾ ਗਏ ਵੀ ਅਸੀਂ ਕਿੱਦਾਂ ਮੁਸੀਬਤਾਂ ਨੂੰ ਝੱਲਣਾ। ਬਾਕੀ ਇਹ ਸ਼ੈੱਡ ਆਪਾਂ ਨੂੰ ਬਹੁਤ ਜ਼ਿਆਦਾ ਸਹਾਰਾ ਦੇਊਗਾ ਸੰਗਤ ਜੀ। ਤਾਰਾਂ ਬੰਨੀਆਂ ਜਾ ਰਹੀਆਂ ਨੇ ਕਿਉਂਕਿ ਉੱਪਰ ਚੜ੍ਹਿਆ ਨਹੀਂ ਜਾ ਰਿਹਾ ਜੀ, ਬੰਦੇ ਤਿਲਕ ਰਹੇ ਸੀਗੇ ਵੀਰ, ਤਾਂ ਆਪਾਂ ਨੂੰ ਇਹ ਬਹੁਤ ਸਹਾਰਾ ਮਿਲਣਾ। ਅੱਧੇ ਵੀਰ ਅੰਦਰ ਬੈਠੇ ਨੇ ਜੀ ਬੇਸਮੈਂਟ ਦੇ, ਫਿਰ ਅੱਧਿਆਂ ਨੂੰ ਬਾਅਦ 'ਚੋਂ ਛਕਾਇਆ ਜਾਣਾ ਜੀ, ਕਿਉਂਕਿ ਇਹ 30-30 ਕਰਕੇ ਜਾਂ 35-35 40-40 ਕਰਕੇ ਜਿਹੜੇ ਵੀਰਾਂ ਨੇ ਪ੍ਰਸ਼ਾਦਾ ਛਕਣਾ ਜੀ। ਔਰ ਅੰਦਰ ਦਾ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਅੰਦਰੋਂ ਵੀ ਸਾਰੇ ਵੀਰ ਕੱਪੜੇ ਪਹਿਲਾਂ ਵਿਛਾ ਗਏ ਸੀਗੇ ਜੀ, ਸਾਰੇ ਤਿਆਰ ਨੇ ਬਿਸਤਰੇ, ਔਰ ਸਾਰੇ ਵੀਰ ਆ ਕੇ ਆਪਣੀ ਆਪਣੀ ਜਗ੍ਹਾ ਲੈ ਕੇ ਔਰ ਗੁਰੂ ਦਾ ਨਾਮ ਲੈ ਕੇ ਜਿਹੜਾ ਆਪਣਾ ਰੈਸਟ ਕਰਨਗੇ ਜੀ। ਫਿਰ ਸਵੇਰੇ ਫਿਰ ਉੱਠਣਗੇ, ਉੱਦਾਂ ਹੀ ਫਿਰ ਜ਼ਿੰਦਗੀ ਸ਼ੁਰੂ ਹੋ ਜਾਣੀ ਹੈ ਇਹਨਾਂ ਵੀਰਾਂ ਦੀ। ਪ੍ਰਸ਼ਾਦਾ ਛਕ ਲਿਆ, ਕੰਮ ਕਰ ਲਿਆ, ਕੋਈ ਸੰਗਤ ਆ ਗਈ, ਇੱਦਾਂ ਹੀ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਦਾ ਆਨੰਦ ਲੈਣਗੇ ਜੀ। ਇਹ ਆਪਣਾ ਪੁਰਾਣਾ ਘਰ ਆ ਸੰਗਤ ਜੀ, ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਮੋਟਰ ਵਾਲਾ ਕੋਠਾ। ਔਰ ਦਿਲੋਂ ਧੰਨਵਾਦ ਸਾਰੀ ਸੰਗਤ ਦਾ, ਕਿਉਂਕਿ ਸੰਗਤ ਦਾ ਇੰਨਾ ਜ਼ਿਆਦਾ ਧੰਨਵਾਦ, ਅਸੀਂ ਤੁਹਾਡਾ ਕਰਜ਼ ਨਹੀਂ ਉਤਾਰ ਸਕਦੇ ਸੰਗਤ ਜੀ, ਤੁਹਾਡੇ ਕਰਕੇ ਹੀ ਅੱਜ ਇਹ ਸਾਰਾ ਕੁਛ ਆ ਜੀ। ਔਰ ਅੱਗੇ ਆਪਣਾ ਹਾਲ ਬਣ ਰਿਹਾ ਜੀ ਬਹੁਤ ਵੱਡਾ, ਜਿਹਦੇ ਵਿੱਚ 350 ਮੈਂਬਰ ਰਹਿ ਸਕਣਗੇ ਜੀ। ਉਸ ਤੋਂ ਅੱਗੇ ਆਪਣੇ ਕਮਰੇ ਬਣ ਰਹੇ ਨੇ ਜਿਹਦੇ ਵਿੱਚ ਬਹੁਤ ਜ਼ਿਆਦਾ ਸਹੂਲਤ ਹੋ ਜਾਣੀ ਆ, ਜਿਹੜੇ ਆਈ ਗਈ ਸੰਗਤ ਆ ਜਾਂ ਗੈਸਟ ਹੁੰਦੇ ਨੇ ਜਿਹੜੀ ਜੀ, ਤਾਂ ਉਹਨਾਂ ਨੂੰ ਰੱਖਿਆ ਜਾ ਸਕਦਾ। ਔਰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ ਆਪਣੇ ਆਪ ਸਾਰੇ, ਕਿਉਂਕਿ ਇੱਕ ਮੋਟਰ ਦੇ ਕੋਠੇ ਤੋਂ ਕਾਰਜ ਸ਼ੁਰੂ ਹੋ ਕੇ ਅੱਜ ਕਿੱਥੋਂ ਤੱਕ ਪਹੁੰਚ ਗਿਆ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੋ। ਅਤੇ ਦਿਲੋਂ ਧੰਨਵਾਦ ਗੁਰੂ ਸਾਹਿਬ ਜੀ ਦਾ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਸੱਚੇ ਪਾਤਸ਼ਾਹ ਵਾਹਿਗੁਰੂ ਸਾਰੀ ਸੰਗਤ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖੇ। ਔਰ ਆਉਂਦੇ ਜਾਂਦੇ ਤੁਸੀਂ ਪਟਿਆਲੇ ਤੋਂ ਭਾਸੋ ਰੋਡ ਲਛਕਾਣੀ ਪਿੰਡ ਆਉਂਦੇ ਜਾਂਦੇ ਜ਼ਰੂਰ ਖੜ ਕੇ ਜਾਇਆ ਕਰੋ, ਇਹਨਾਂ ਰੱਬੀ ਰੂਹਾਂ ਨੂੰ ਜ਼ਰੂਰ ਮਿਲ ਕੇ ਜਾਇਆ ਕਰੋ ਤਾਂ ਜੋ ਹੌਸਲਾ ਵੱਧਦਾ ਇਹਨਾਂ ਦਾ ਵੀ ਸਾਡਾ ਵੀ। ਅਸੀਂ ਤੁਹਾਨੂੰ ਦੂਜੇ ਵੀ ਦਿਖਾਉਂਦੇ ਹਾਂ ਜਿਹੜੇ ਉਡੀਕ ਕਰ ਰਹੇ ਨੇ, ਉਹ ਵੀਰ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ ਅਸੀਂ। ਸ਼ੇਰਾ ਸ਼ੇਰ ਸਿੰਘ ਜੀ ਠੀਕ ਹੋ? ਔਰ ਸੋਨੀ ਠੰਡ ਲੱਗਦੀ ਹੈ ਵੀਰੇ, ਦੀਪਕ ਸਾਰੇ ਬੈਠੇ ਨੇ ਪ੍ਰਸ਼ਾਦੇ ਦੀ ਉਡੀਕ 'ਚ, ਕਿਉਂਕਿ ਹੁਣ ਲੇਟ ਹੋ ਗਿਆ ਨਾ ਜੀ ਪ੍ਰਸ਼ਾਦਾ ਤਾਂ ਕਰਕੇ। ਹਾਂ ਜੀ ਤਾਰਦੇ ਹਾਂ ਜੀ ਤਾਰਦੇ ਹਾਂ। ਔਰ ਸਾਰੇ ਪਹਿਲਾਂ ਇੱਥੇ ਬੈਠੇ ਸੀ ਜੀ, ਇਹ ਘਰ ਤਿਆਰ ਹੋਣਾ ਸੰਗਤ ਜੀ, ਇਹਦੇ ਲਈ ਅਸੀਂ ਤੁਹਾਡੇ ਤੋਂ ਮਦਦ ਲਈ ਕਿਹਾ ਵੀ ਇਹਦਾ ਆਪਾਂ ਪੱਥਰ ਲੈ ਕੇ ਆਉਣਾ, ਔਰ ਇਹਦੇ ਲਈ ਸ਼ੀਸ਼ੇ ਲੱਕੜ ਦਾ ਜਿਹੜੇ ਜਿਹੜੀਆਂ ਜੀ ਟਾਕੀਆਂ 'ਤੇ ਗੇਟ ਲੱਗਣੇ ਨੇ ਸੰਗਤ ਜੀ, 4.25 ਲੱਖ ਰੁਪਏ ਦਾ ਉਹਨਾਂ ਨੇ ਅੱਜ ਐਸਟੀਮੇਟ ਬਣਾ ਕੇ ਦਿੱਤਾ ਜੀ। ਵੱਧ ਵੀ ਸਕਦਾ ਜੀ, ਥੋੜ੍ਹਾ ਘੱਟ ਵੀ ਸਕਦਾ। ਇਹ ਵਰਮਾ ਜੀ ਬੈਠੇ ਨੇ, ਵਰਮਾ ਜੀ ਠੀਕ ਹੋ? ਸਾਰੇ ਤੁਹਾਨੂੰ ਦੇਖ ਰਹੇ ਨੇ ਭੈਣ ਭਰਾ, ਸਾਰਿਆਂ ਨੂੰ ਫਤਿਹ ਬੁਲਾ ਦਿਆ ਕਰੋ, ਸਤਿ ਸ਼੍ਰੀ ਅਕਾਲ ਬੁਲਾ ਦਿਓ। ਚਲੋ ਵੈਰੀ ਗੁੱਡ ਜੀ, ਵਰਮਾ ਜੀ ਉਹੀ ਨੇ ਜੀ ਜਿਹਨਾਂ ਨੂੰ ਟਰੈਲੀ 'ਚ ਕਿਸੇ ਟਾਈਮ ਬੰਦ ਕਰਦੇ ਸੀ। ਔਰ ਸੰਗਤ ਜੀ ਅਸੀਂ ਪਹਿਲਾਂ ਦੱਸ ਰਹੇ ਸੀਗੇ ਜੀ, ਇਹ ਬਿਲਡਿੰਗ ਜਿਹੜੀ 'ਚ ਆਪਾਂ ਇਸ ਟਾਈਮ ਤੁਰੇ ਫਿਰਦੇ ਹਾਂ ਜੀ, ਗੁਰੂ ਨਾਨਕ ਪਾਤਸ਼ਾਹ ਦਾ ਦਰ, ਅਸੀਂ ਇਸ ਬਿਲਡਿੰਗ ਦਾ ਨਾਮ ਰੱਖਿਆ ਜੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਹੀ ਆਪਣੇ 'ਤੇ ਕਿਰਪਾ ਕਰਦੇ ਨੇ ਜੀ। ਇਹ ਤੁਸੀਂ ਦੇਖ ਰਹੇ ਹੋ ਸੰਗਤ ਜੀ, ਇਹ ਵਾਲੀ ਬਿਲਡਿੰਗ ਨੇ ਇੱਥੇ ਬਣਨਾ ਜੀ, ਤੁਸੀਂ ਜ਼ਰੂਰ ਵੱਧ ਚੜ੍ਹ ਕੇ ਨੀਚੇ ਬੇਸਮੈਂਟ ਆ ਜੀ, ਸਾਰਾ ਨੀਚੇ ਵੀ ਕੰਮ ਸ਼ੁਰੂ ਹੋਣਾ ਜੀ ਔਰ ਉੱਪਰ ਵੀ ਸਾਰਾ, ਕਿਉਂਕਿ ਹਾਲੇ ਪ੍ਰੋਬਲਮਾਂ ਬਹੁਤ ਨੇ ਜੀ, ਹੌਲੀ 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 ਸਾਰੇ ਮਸਲੇ ਹੱਲ ਹੁੰਦੇ ਜਾ ਰਹੇ ਨੇ ਜੀ। ਦਿਲੋਂ ਧੰਨਵਾਦ ਆ ਸੰਗਤ ਦਾ। ਅਸੀਂ ਹੁਣ ਬੇਨਤੀ ਕਰਦੇ ਹਾਂ ਜੀ ਵੀ ਇਸ ਹਾਲ ਲਈ ਜ਼ਰੂਰ ਸਪੋਰਟ ਕੀਤੀ ਜਾਵੇ, ਪੱਥਰ ਦੇ ਵਿੱਚ, ਟਾਈਲਾਂ ਦੇ ਵਿੱਚ, ਬਿਜਲੀ ਦਾ ਸਮਾਨ ਆ ਜੀ, ਟੂਟੀਆਂ ਦਾ ਸਮਾਨ ਆ, ਰੰਗ, ਸ਼ੀਸ਼ੇ, ਟਾਕੀਆਂ, ਸਾਰਾ ਕੁਛ ਆ ਸੰਗਤ ਜੀ, ਅਸੀਂ ਤੁਹਾਨੂੰ ਲਿਸਟ ਦੇ ਦਾਂਗੇ ਜੀ। ਔਰ ਤਾਂ ਜੋ ਆਪਾਂ ਇਹਦੇ ਵਿੱਚ ਰਿਹਾਇਸ਼ ਕਰਕੇ ਇਹ ਆਪਣਾ ਪਰਿਵਾਰ ਆ ਜਿਹੜਾ
ਉਹ 150 ਬੰਦੇ ਤੱਕ ਜਾਊਗਾ ਜੀ। ਫਿਰ ਆਪਾਂ ਉੱਪਰ ਉੱਪਰ ਬਣਾਈ ਜਾਵਾਂਗੇ, ਉੱਕਣੇ ਇਹ ਘਰ ਆਪਣਾ ਉੱਪਰ ਉੱਪਰ ਬਣੀ ਜਾਣਾ ਜੀ। ਠੀਕ ਹੈ ਸੰਗਤ ਜੀ, ਬਹੁਤ ਬਹੁਤ ਧੰਨਵਾਦ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ, ਦਿਲੋਂ ਧੰਨਵਾਦ। ਆਉਂਦੇ ਜਾਂਦੇ ਪਟਿਆਲੇ ਤੋਂ ਭਾਸੋਂ ਰੋਡ ਲਚਕਾਣੀ ਪਿੰਡ ਆਉਂਦੇ ਜਾਂਦੇ ਜ਼ਰੂਰ ਤੁਸੀਂ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਣੇ ਨੇ, ਜ਼ਰੂਰ, ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਇਸ ਟਾਈਮ ਦੇਖ ਕੇ ਹਟੇ ਹੋ ਆਪਣੇ ਪਰਿਵਾਰ ਨੂੰ ਆਪਣੇ ਕੋਲੇ। ਸੰਗਤ ਜੀ, ਤੁਸੀਂ ਕਿਹੜੇ ਕਿਹੜੇ ਜਿਹੜੇ ਮਰੀਜ਼ਾਂ ਨੂੰ ਭੇਜ ਸਕਦੇ ਹੋ? ਜਿਹੜੇ ਤਾਂ ਜੀ ਥੋੜ੍ਹੇ ਬਿਮਾਰ ਮਰੀਜ਼ ਨੇ, ਜਿਨ੍ਹਾਂ ਨੂੰ ਮੈਂਟਲੀ ਪ੍ਰੋਬਲਮ ਆ ਜਾਂ ਜਿਨ੍ਹਾਂ ਦੇ ਦੌਰੇ ਪੈਂਦੇ ਨੇ ਜੀ, ਕੋਈ ਭੈਣ, ਕੋਈ ਬੱਚਾ, ਕੋਈ ਵੀਰ, ਤੁਸੀਂ ਉਹਨਾਂ ਨੂੰ ਸਾਡੇ ਕੋਲੇ ਲਚਕਾਣੀ ਪਿੰਡ ਭੇਜਣਾ ਅਤੇ ਆਪਾਂ ਉਹਨਾਂ ਦੀ ਦਵਾਈ ਹੀ ਸ਼ੁਰੂ ਕਰਨੀ ਆ ਜੀ। ਆਪਾਂ ਉਹਨਾਂ ਨੂੰ ਰੱਖਣਾ ਨਹੀਂ ਹੈਗਾ। ਕੁਛ ਕੁ ਭੈਣ ਭਰਾ ਇਹ ਜਿੱਦ ਕਰਦੇ ਨੇ ਵੀ ਤੁਸੀਂ ਰੱਖੋ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਵੀ ਉਰੇ ਰੱਖ ਕੇ ਹੀ ਜਿਹੜਾ ਵੀਰ ਸਾਡਾ ਜਾਂ ਬੱਚਾ ਠੀਕ ਹੋਊਗਾ। ਉਹਨਾਂ ਨੂੰ ਲੱਗਦਾ ਹੁੰਦਾ ਵੀ ਉਰੇ ਕੋਈ ਐਸੀ ਕੋਈ ਸ਼ਕਤੀ ਲਾ ਲਓ, ਵਿਸ਼ਵਾਸ ਲਾ ਲਓ ਸੰਗਤ ਜੀ। ਪਰ ਸਾਡੀ ਬੇਨਤੀ ਆ ਭੈਣ ਭਰਾਵਾਂ ਅੱਗੇ ਵੀ ਆਪਾਂ ਇਸ ਜਿੱਦ ਨੂੰ ਛੱਡੀਏ, ਆਪਾਂ ਉਹਨਾਂ ਦੀ ਮੈਡੀਸਨ ਜਿਹੜੀ ਸ਼ੁਰੂ ਕਰਨੀ ਆ ਜੀ। ਉਸ ਤੋਂ ਬਾਅਦ ਜਿਹੜੇ ਬਹੁਤੇ ਸੀਰੀਅਸ ਮਰੀਜ਼ ਨੇ ਸੰਗਤ ਜੀ, ਜਿਨ੍ਹਾਂ ਦੇ ਸੰਗਲ ਤੱਕ ਲੱਗ ਜਾਂਦੇ ਨੇ, ਜਿਹੜੇ ਗੰਦੀਆਂ ਚੀਜ਼ਾਂ ਖਾਣ 'ਤੇ ਮਜਬੂਰ ਹੁੰਦੇ ਨੇ, ਜਾਂ ਜਿਹੜੇ ਬਾੜਿਆਂ 'ਚ ਗੁਲਾਮੀ ਕੱਟ ਰਹੇ ਨੇ, 20-20 ਸਾਲ ਤੋਂ ਨਰਕ ਕੱਟ ਰਹੇ ਨੇ ਆਪਣੀ ਜ਼ਿੰਦਗੀ ਦਾ, ਉਹਨਾਂ ਵੀਰਾਂ ਨੂੰ ਆਪਾਂ ਉਰੇ ਲਿਆ ਕੇ ਉਹਨਾਂ ਦੀ ਜ਼ਿੰਦਗੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਔਰ ਜਿਹੜੇ ਥੋੜ੍ਹੇ ਬਿਮਾਰ ਨੇ ਉਹਨਾਂ ਲਈ ਦਰਵਾਜ਼ੇ ਹਰ ਵਕਤ ਖੁੱਲ੍ਹੇ ਨੇ। ਜਿਹੜਾ ਮਰਜ਼ੀ ਮਰੀਜ਼ ਹੈ ਜੀ, ਅਸੀਂ ਹੱਲ ਕਰ ਪਾਵਾਂਗੇ ਤਾਂ ਵੀ, ਨਹੀਂ ਹੱਲ ਕਰ ਪਾਵਾਂਗੇ ਤਾਂ ਵੀ ਸੰਗਤ ਨੂੰ ਸਪਸ਼ਟ ਅਸੀਂ ਦੱਸ ਦਿੰਦੇ ਹਾਂ ਜੀ। ਅੱਜ ਕਾਫੀ ਮਰੀਜ਼ ਡੇਲੀ ਐਵਰੇਜ ਕਾਫੀ ਮਰੀਜ਼ਾਂ ਦੀ ਹੁੰਦੀ ਹੈ ਜਿਹੜੇ ਆਉਂਦੇ ਨੇ ਵੀਰ, ਜਿਹੜੀ ਆਪਣੀ ਆਪਣੀ ਮੈਡੀਸਨ ਚੱਲਦੀ ਹੈ ਅਤੇ ਗੁਰੂ ਸਾਹਿਬ ਦੇ ਭੰਡਾਰੇ 'ਚੋਂ ਜਿਹੜੀ ਮੈਡੀਸਨ ਸੰਗਤ ਦੇ ਰੂਪ 'ਚ ਚੱਲ ਰਹੀ ਹੈ ਜੀ। ਔਰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਵੀ ਬਹੁਤ ਵੀਰ ਹੋ ਰਹੇ ਨੇ, ਬਹੁਤ ਵੱਡੇ ਪੱਧਰ 'ਤੇ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਖੜ੍ਹੇ ਨੇ ਜੀ ਸੰਗਤ ਦੇ ਰੂਪ ਦੇ ਵਿੱਚ। ਔਰ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਅਸੀਂ ਦਿਲੋਂ ਧੰਨਵਾਦੀ ਹਾਂ ਸੰਗਤ ਦੀ। ਅਸੀਂ ਬੇਨਤੀ ਫਿਰ ਦੁਬਾਰਾ ਕਰ ਦਿੰਦੇ ਹਾਂ ਵੀ ਭਾਈ ਪਟਿਆਲੇ ਤੋਂ ਭਾਸੋ ਰੋਡ ਲਚਕਾਣੀ ਪਿੰਡ ਆਉਂਦੇ ਜਾਂਦੇ ਜ਼ਰੂਰ ਖੜ ਕੇ ਜਾਇਆ ਕਰੋ, ਕਿਉਂਕਿ ਹੌਸਲਾ ਮਿਲਦਾ ਸਾਡੀਆਂ ਰੱਬੀ ਰੂਹਾਂ ਨੂੰ ਜਦੋਂ ਤੁਸੀਂ ਆਉਂਦੇ ਹੋ ਉਹਨਾਂ ਨਾਲ ਗੱਲ ਕਰਦੇ ਹੋ, ਕਿਉਂਕਿ ਇਹ ਉਹ ਰੱਬੀ ਰੂਹਾਂ ਨੇ ਜੀ ਜਿਨ੍ਹਾਂ ਨੇ ਨਾ ਤਾਂ ਕਦੇ ਜਿਨ੍ਹਾਂ ਨੂੰ ਕਿਸੇ ਨੇ ਘੁੱਟ ਕੇ ਜੱਫੀ ਪਾਈ ਹੁੰਦੀ ਆ, ਨਾ ਕਦੇ ਆਪਣੇ ਹੱਥ ਨਾਲ ਪ੍ਰਸ਼ਾਦਾ ਛਕਾਇਆ ਹੁੰਦਾ ਕਿਸੇ ਨੇ, ਨਾ ਕਿਸੇ ਨੇ ਨਿਭਾਇਆ ਹੁੰਦਾ, ਸਿਰਫ ਇਕੱਲਾ ਮਾਂ ਤੋਂ ਬਿਨਾਂ, ਇਕੱਲੀ ਮਾਂ ਜਿਹੜੀ ਆਪਣੇ ਹੱਥ ਨਾਲ ਪ੍ਰਸ਼ਾਦਾ ਆਪਣੇ ਬੱਚੇ ਨੂੰ ਛਕਾਉਂਦੀ ਆ, ਹੋਰ ਕੋਈ ਨਹੀਂ ਦਿਲੋਂ ਪਿਆਰ ਕਰਦਾ ਜੀ। ਤੁਸੀਂ ਸਾਰੇ ਸਮਝਦਾਰ ਹੋ ਭੈਣ ਭਰਾ, ਆਪਾਂ ਰਲ ਮਿਲ ਕੇ ਇਸ ਸੇਵਾ ਨੂੰ ਬਹੁਤ ਵੱਡੇ ਪੱਧਰ 'ਤੇ ਲੈ ਕੇ ਜਾਣਾ, ਬੰਧੂਆਂ ਮਜ਼ਦੂਰਾਂ ਨੂੰ ਵੀ ਛਡਾਉਣਾ, ਔਰ ਜਿਹੜੇ ਇੱਦਾਂ ਦੇ ਵੀਰ ਨੇ ਉਹਨਾਂ ਲਈ ਘਰ ਵੀ ਬਣਾਉਣਾ, ਔਰ ਚੀਜ਼ਾਂ ਦੇ ਰੂਪ ਦੇ ਵਿੱਚ ਸਾਡੀ ਮਦਦ ਜਿਹੜੀ ਸੰਗਤ ਕਰੇ, ਇਸ ਟਾਈਮ ਤਾਂ ਬਹੁਤ ਲੋੜ ਆ ਸੰਗਤ ਜੀ ਚੀਜ਼ਾਂ ਦੀ, ਜਿਹੜੀ ਮੈਂ ਤੁਹਾਨੂੰ ਅਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸ ਕੇ ਹਟੇ ਹਾਂ, ਕਿਉਂਕਿ ਆਪਣੇ ਘਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਵੀਰਾਂ ਨੇ ਰਹਿਣਾ, ਤੁਸੀਂ ਆਓ ਪਹਿਲਾਂ ਸਾਨੂੰ ਸਾਡੇ ਪਰਿਵਾਰ ਨੂੰ ਮਿਲੋ, ਬਾਕੀ ਤਾਂ ਬਾਅਦ ਦੀਆਂ ਗੱਲਾਂ ਨੇ ਜੀ। ਔਰ ਦਿਲੋਂ ਧੰਨਵਾਦ ਆ ਫਿਰ ਦੁਬਾਰਾ ਸੰਗਤ ਦਾ ਜੀ। ਹੱਸਦੇ ਵੱਸਦੇ ਰਹੋ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਅਕਾਲ ਪੁਰਖ ਵਾਹਿਗੁਰੂ ਸਾਰੇ ਭੈਣ ਭਰਾਵਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ। ਕਿਸੇ ਵੀ ਇਨਸਾਨ ਦੇ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਨਾ ਪਰਮਾਤਮਾ ਆਉਣ ਦੇਵੇ, ਕਿਸੇ ਨੂੰ ਐਸੀ ਨਰਕ ਭਰੀ ਜ਼ਿੰਦਗੀ ਨਾ ਕੱਟਣੀ ਪਵੇ। ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।